30 मई चंडीगढ़ के सेक्टर 25 के रैली मैदान में चंडीगढ़ लोकसभा सीट से निर्दलीय प्रत्याशी व क्षेत्रीय दलों ने चुनाव आयोग के खिलाफ मोर्चा खोल दिया है और प्रदर्शन करते हुए नारेबाजी की। हारे हुए प्रत्याशियों ने हार का सारा ठीकरा ईवीएम मशीन पर फोड़ डाला और भाजपा को अड़े हाथ लेते हुए ईवीएम में गड़बड़ी के आरोप लगाए। चलिए आपको दिखाते हैं धरने पर बैठे इन प्रत्याशियों ने अपना दर्द कैसे बयां किया। ਜੋਤੀ ਪ੍ਰੀਤ ਕੌਰ ਅਖਿਲ ਭਾਰਤੀ ਆਪਣਾ ਦਲ ਪਾਰਟੀ ਦੀ ਰਾਸ਼ਟਰੀ ਮਹਾਂਸਚਿਵ ਹਾਂ। ਅੱਜ ਅਸੀਂ ਸਾਰੀਆਂ ਇੱਥੇ ਪਾਰਟੀਆਂ ਇਕੱਠੀਆਂ ਹੋਏ ਹਾਂ, ਇਕੱਠੀਆਂ ਇਸ ਕਰਕੇ ਹੋਏ ਹਾਂ ਵੀ ਜਿਹੜੀ ਈਵੀਐਮ ਮਸ਼ੀਨ ਦੇ ਵਿੱਚ ਧਾਂਦਲੇਬਾਜ਼ੀ ਹੋਈ ਹੈ ਇਹ ਬਿਲਕੁਲ ਬਰਦਾਸ਼ਤ ਤੋਂ ਬਾਹਰ ਕੀਤੀ ਗਈ ਹੈ। ਸਾਡੇ ਸੰਵਿਧਾਨ ਨਾਲ ਛੇੜਛਾੜ ਵੀ ਕਰ ਰਹੇ ਅੱਜ ਮੋਦੀ ਸਾਹਿਬ ਅਤੇ ਮੈਡਮ ਕਿਰਨ ਖੇਰ ਜੀ। ਅੱਜ ਸਾਡੇ ਸੰਵਿਧਾਨ ਦੀ ਝੂਠੀ ਕਸਮ ਖਾ ਕੇ ਸਾਨੂੰ 5 ਸਾਲ ਲੁੱਟਣ ਵਾਸਤੇ ਤਿਆਰ ਹੋਏ ਆ। ਅਸੀਂ ਇਹਨਾਂ ਨੂੰ ਲੁੱਟਾਉਣ ਵਾਸਤੇ ਆਪਣੇ ਆਪ ਨੂੰ ਬਿਲਕੁਲ ਅਸੀਂ ਰੈਡੀ ਕਰ ਲਿਆ ਵੀ ਅਸੀਂ ਇਹਨਾਂ ਨੂੰ ਇਸ ਵਾਰੀ ਲੁੱਟਣ ਨਹੀਂ ਦੇਣਾ। ਅਸੀਂ ਈਵੀਐਮ ਮਸ਼ੀਨ ਦੀ ਧਾਂਦਲੇਬਾਜ਼ੀ ਬਿਲਕੁਲ ਨਹੀਂ ਚੱਲਣ ਦੇਣੀ, ਚਾਹੇ ਜੋ ਮਰਜ਼ੀ ਹੋ ਜਾਵੇ। ਅਸੀਂ ਈਵੀਐਮ ਮਸ਼ੀਨ ਦੇ ਖਿਲਾਫ਼ ਅੱਜ ਆਵਾਜ਼ ਚੱਕੀ ਹੈ। ਬੈਲਟ ਪੇਪਰਾਂ 'ਤੇ ਨੈਕਸਟ ਟਾਈਮ ਜਦ ਵੀ ਇਲੈਕਸ਼ਨ ਹੋਣਗੇ ਬੈਲਟ ਪੇਪਰਾਂ ਦੇ ਨਾਲ ਹੋਣਗੇ। ਇਮਾਨਦਾਰੀ ਦੇ ਨਾਲ ਆਓ ਅਤੇ ਅਸੀਂ ਤੁਹਾਨੂੰ ਗਲੇ ਮਿਲਾਂਗੇ। ਜੇ ਦੁਸ਼ਮਣੀ ਦੇ ਨਾਲ ਆਓਗੇ ਤਾਂ ਅਸੀਂ ਡੰਡਾ ਲੈ ਕੇ ਭਜਾਵਾਂਗੇ। ਮੈਂ ਸਤੀਸ਼ ਕੁਮਾਰ, ਜਨ ਸਮਾਜ ਪਾਰਟੀ ਵੱਲੋਂ। ਅੱਜ ਜਿਹੜਾ ਅਸੀਂ ਸਾਰੀਆਂ ਪਾਰਟੀਆਂ ਜਿਨ੍ਹਾਂ ਨੇ ਇਲੈਕਸ਼ਨ ਲੜਿਆ ਇਕੱਠੇ ਹੋ ਕੇ ਈਵੀਐਮ ਦੇ ਖਿਲਾਫ਼ ਧਰਨਾ ਦੇ ਰਹੇ ਹਾਂ, ਇਹ ਧਰਨਾ ਜਿਹੜਾ ਸਾਡਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਈਵੀਐਮ ਮਸ਼ੀਨਾਂ ਨੂੰ ਖਤਮ ਕਰਕੇ ਬੈਲਟ ਪੇਪਰ 'ਤੇ ਚੋਣ ਨਹੀਂ ਕੀਤੀ ਜਾਂਦੀ। ਅਸੀਂ ਇਸ ਧਾਂਦਲੇਬਾਜ਼ੀ ਜੋ ਬੀਜੇਪੀ ਨੇ ਕਰੀ ਹੋਈ ਹੈ, ਪਿਛਲੇ ਵਾਰੀ 2014 ਦੇ ਵਿੱਚ ਵੀ ਇਹਨਾਂ ਨੇ ਧਾਂਦਲੇਬਾਜ਼ੀ ਨਾਲ ਆਏ, ਅੱਜ ਫਿਰ ਉਹੀ 2019 ਦੇ ਵਿੱਚ ਜੋ ਇਲੈਕਸ਼ਨ ਕਰਾ ਕੇ ਇਹਨਾਂ ਨੇ ਪਹਿਲਾਂ ਹੀ ਡਿਕਲੇਅਰ ਕਰਤਾ ਵੀ 340 ਤੋਂ 350 ਸੀਟਾਂ ਸਾਡੀਆਂ ਆਉਣੀਆਂ, ਉਹੀ 19 ਸੀਟਾਂ ਆਈਆਂ। ਇਹ ਤੋਂ ਸਿੱਧ ਹੁੰਦਾ ਕਿ ਇਹਨਾਂ ਨੇ ਈਵੀਐਮ ਦੇ ਵਿੱਚ ਆਪਣੀ ਗੜਬੜ ਕਰਕੇ ਆਪਣੀ ਸਰਕਾਰ ਬਣਾਈ ਹੈ ਜੋ ਝੂਠੀ ਸਰਕਾਰ ਹੈ। ਕਿਰਨ ਖੇਰ ਨੇ ਵੀ ਇੱਥੇ ਬਹੁਤ ਜ਼ਿਆਦਾ ਧੰਦਲੇਬਾਜ਼ੀ ਕਰਕੇ ਸਾਡੀਆਂ ਵੋਟਾਂ 'ਚ ਅਸੀਂ ਉਮੀਦ ਕਰਦੇ 4-5 ਹਜ਼ਾਰ ਆਉਣੀਆਂ, 400-500 ਤੋਂ ਅਸੀਂ ਠੀਕ ਹੋਏ ਹਾਂ। ਇਸ ਕਰਕੇ ਅਸੀਂ ਅੱਜ ਦਾ ਧਰਨਾ ਦੇ ਰਹੇ ਹਾਂ ਤਾਂ ਕਿ ਜਿਹੜੀਆਂ ਅੱਗੇ ਤੋਂ ਇਲੈਕਸ਼ਨ ਹੋਣ। ਭਾਰਤ ਦੇਸ਼ ਕੇ ਅੰਦਰ ਇਹ ਈਵੀਐਮ ਕੀ ਚੋਰੀ ਔਰ ਚੁਣਾਵ ਆਯੋਗ ਕੀ ਇਹ ਧਾਂਦਲੀ ਬਰਦਾਸ਼ਤ ਨਹੀਂ ਕਰੀ ਜਾਏਗੀ ਔਰ ਹਮਾਰੀ ਤਰਫ ਸੇ ਬਹੁਜਨ ਮੁਕਤੀ ਪਾਰਟੀ ਔਰ ਸਭੀ ਪਾਰਟੀਓ ਕੇ ਸਾਥ ਹੀ ਇਹ ਮਿਲਾ ਜੁਲਾ ਸੰਘਰਸ਼ ਜਾਰੀ ਰਹੇਗਾ ਔਰ ਇਹ ਧਰਨਾ ਪ੍ਰਦਰਸ਼ਨ ਆਪਾਤਕਾਲੀਨ ਕੇ ਲਿਏ ਹੈ ਔਰ ਜਬ ਤੱਕ ਹਮਾਰੀ ਮੰਗੇ ਪੂਰੀ ਨਹੀਂ ਕੀ ਜਾਏਗੀ ਹਮ ਯਹਾਂ ਸੇ ਨਹੀਂ ਉਠੇਂਗੇ। ਮੈਂ ਸੰਜੇ ਬਲਾਨ, ਭਾਰਤੀ ਜਨ ਸਮਾਨ ਪਾਰਟੀ ਸੇ ਚੰਡੀਗੜ੍ਹ ਲੋਕ ਸਭਾ ਕੇ ਇਲੈਕਸ਼ਨ ਮੈਂ ਖੜਾ ਹੁਆ ਔਰ ਜੋ ਈਵੀਐਮ ਮਸ਼ੀਨ ਕੀ ਧਾਂਦਲੇਬਾਜ਼ੀ ਹੋਈ ਇਲੈਕਸ਼ਨ ਆਯੋਗ ਕੇ ਲੋਗੋਂ ਨੇ ਮਿਲਕਰ ਜੋ ਸਬਮਿਟ ਕੀਆ ਹੈ ਉਸਕੇ ਖਿਲਾਫ਼ ਹਮ ਪ੍ਰਦਰਸ਼ਨ ਕਰ ਰਹੇ ਹੈ ਔਰ ਯੇ ਪ੍ਰਦਰਸ਼ਨ ਯਹਾਂ ਨਹੀਂ ਸ਼ਹਿਰੋਂ ਮੇਂ ਕਲੋਨੀਓਂ ਮੇਂ ਚੁਟਪਲ ਤੋਂ ਦਿੱਲੀ ਤੱਕ ਵੀ ਹਮ ਜਾਏਂਗੇ ਔਰ ਯੇ ਲੜਾਈ ਹਮਾਰੀ ਜਬ ਤੱਕ ਨਹੀਂ ਖਤਮ ਹੋਗੀ ਤਬ ਤੱਕ ਬੈਲਟ ਪੇਪਰ ਪਰ ਇਲੈਕਸ਼ਨ ਦੁਆਰਾ ਸੇ ਨਾ ਹੋਗਾ। ਹਮ ਯੇ ਚਾਹੇਂਗੇ ਕਿ ਸਭ ਪਾਰਟੀਆਂ ਹਮ ਮਿਲ ਕੇ ਇਸਕਾ ਸੰਘਰਸ਼ ਕਰੇਗੀ। ਅਨੁਭਵ ਅਲੀ, ਰਾਸ਼ਟਰੀ ਲੋਕ ਸਵਰਾਜ ਪਾਰਟੀ। ਮੈਂ ਜੋ ਅੱਜ ਅਸੀਂ ਇੱਥੇ ਧਰਨਾ ਦਿੱਤਾ ਇਹ ਸਾਰਿਆਂ ਦਾ ਇੱਕੋ ਇੱਕ ਮੁੱਦਾ ਵੀ ਅਸੀਂ ਜਿਹੜਾ ਇਹ ਪੇਪਰ 'ਤੇ ਹੀ ਹੋਣਾ ਚਾਹੀਦਾ, ਅੱਗੇ ਬਾਅਦ ਜਿਹੜਾ ਮਸ਼ੀਨਾਂ ਦਾ ਬਿਲਕੁਲ ਬੰਦ ਹੋਣਾ ਚਾਹੀਦਾ। ਇਹ ਸਾਡੇ ਨਾਲ ਹੀ ਨਹੀਂ ਧੋਖਾ ਹੋਇਆ, ਸਾਰੇ ਹਿੰਦੁਸਤਾਨ ਦੇ ਵਿੱਚ ਭਾਰਤ ਵਿੱਚ ਇਹ ਧੋਖਾ ਹੋਇਆ। ਇਹ ਸਾਰਿਆਂ ਨੂੰ ਆਪਾਂ ਜਿੱਥੇ ਤੱਕ ਸਾਡਾ
ਇਹ ਚੱਲ ਰਿਹਾ ਧਰਨਾ, ਸਾਰਿਆਂ ਨੂੰ ਮੈਸੇਜ ਹੈ ਵੀ ਆਪਣੇ ਆਪਣੇ ਜਿੱਥੇ ਜਿੱਥੇ ਧੋਖੇ ਸਾਰੇ ਪਾਰਟੀਆਂ ਇਕੱਠੇ ਹੋ ਕੇ ਧਰਨੇ ਦੇਣ, ਤਾਂ ਆਪਾਂ ਨੂੰ ਇੱਕਜੁੱਟ ਹੋਣ ਦੀ ਲੋੜ ਆ, ਤਾਂ ਆਪਾਂ ਇਸ ਦੇ ਵਿੱਚ ਕਾਮਯਾਬ ਹੋ ਸਕਦੇ। ਲੋਕ ਸਭਾ ਜੋ ਚੰਡੀਗੜ੍ਹ ਦੀ ਜੋ ਚੋਣਾਂ ਹੋਈਆਂ ਉਹਦੇ 'ਚ ਬਹੁਤ ਵੱਡਾ ਘਪਲਾ ਹੋਇਆ। ਈ ਵੀ ਐੱਮ ਦੀ ਜਿਹੜੀ ਚੋਰੀ ਪਕੜੀ ਗਈ ਹੈ, ਚੁਣਾਵ ਆਯੋਗ ਨੇ ਇਹਨਾਂ ਨੂੰ ਇੰਨੀ ਢਿੱਲ ਦਿੱਤੀ ਹੋਈ ਸੀ ਕਿ ਤੁਸੀਂ ਜਿੰਨੇ ਮਰਜ਼ੀ ਮਸ਼ੀਨਾਂ 'ਚ ਵੋਟ ਪਾਈ ਜਾਓ, ਉਹ ਸਾਰੀ ਵੋਟ ਬੀਜੇਪੀ ਨੂੰ ਜਾਣੀ ਸੀ। ਔਰ ਅਸੀਂ ਇਸ ਦੇ ਵਿਰੋਧ 'ਚ ਸਾਰੀ ਪਾਰਟੀਆਂ ਰਲ ਕੇ ਜਿਹੜੇ ਕੈਂਡੀਡੇਟ ਚੰਡੀਗੜ੍ਹ ਤੋਂ ਸੀ ਉਹਨਾਂ ਨੇ ਵਿਰੋਧ ਕਰਿਆ ਕਿ ਆਉਣ ਵਾਲੇ ਜਿਹੜਾ ਚੁਣਾਵ ਬੈਲਟ ਪੇਪਰ 'ਤੇ ਹੋਵੇ। ਔਰ ਜਿਹੜਾ ਇਹ ਚੁਣਾਵ ਹੋਇਆ, ਜਿੱਥੇ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਸਹੁੰ ਚੁੱਕਣ ਜਾ ਰਿਹਾ, ਉੱਥੇ ਅਸੀਂ ਵੀ ਕਸਮ ਖਾਧੀ ਹੈ ਕਿ ਐਸੇ ਝੂਠੇ ਪ੍ਰਧਾਨ ਮੰਤਰੀ ਨੂੰ ਅਸੀਂ ਗੱਦੀ 'ਤੇ ਨਹੀਂ ਰਹਿਣ ਦੇਣਾ, ਔਰ ਇਹਦਾ ਵਿਰੋਧ ਕਰਾਂਗੇ। ਅੱਜ ਇੱਥੋਂ ਸ਼ੁਰੂ ਕਰਕੇ ਗਲੀਆਂ ਤੱਕ ਜਾਏਗਾ, ਸ਼ਹਿਰ ਤੱਕ ਜਾਏਗਾ, ਪੂਰੇ ਚੰਡੀਗੜ੍ਹ 'ਚ ਇਹਦਾ ਰਾਊਂਡ ਹੋਏਗਾ। ਜਿੱਥੇ ਜਿੱਥੇ ਘਪਲੇਬਾਜ਼ੀ ਹੋਈ ਹੈ, ਜਿਹੜੇ ਜਿਹੜੇ ਮਸ਼ੀਨਾਂ 'ਚ ਹੋਈ ਹੈ, ਚੁਣਾਵ ਆਯੋਗ ਨੇ ਕੀਤੀ ਹੈ, ਉਹਦਾ ਇਹਨੂੰ ਸਾਨੂੰ ਪੂਰਾ ਡਾਟਾ ਦੇਣਾ ਪਏਗਾ। ਅਗਰ ਇਹ ਨਹੀਂ ਦਿੰਦੇ ਤਾਂ ਅਸੀਂ ਇਹਦਾ ਵਿਰੋਧ ਕਰਦੇ ਹਾਂ। ਔਰ ਇੱਥੇ ਧਰਨੇ 'ਤੇ ਬੈਠੇ ਹਾਂ ਸਾਰੀ ਪਾਰਟੀਆਂ, ਜਿਹੜੇ ਕੈਂਡੀਡੇਟ ਖੜ੍ਹੇ ਹੈ, ਜਿਹੜੇ ਲੋਕ ਸਭਾ 'ਚ ਖੜ੍ਹੇ, ਸਾਰੇ ਤਾਂ ਮੌਜੂਦ ਹੈ, ਸਾਰੀ ਪਾਰਟੀਆਂ ਮੌਜੂਦ ਹੈ, ਚਾਹੇ ਬਹੁਜਨ ਸਮਾਜ ਪਾਰਟੀ ਹੈ, ਮੁਕਤੀ ਮੋਰਚਾ ਹੈ, ਜੋਤੀ ਜੀ ਦੀ ਆਪਣਾ ਦਲ ਹੈ, ਹੋਰ ਵੀ ਜਿਹੜੇ ਦਲ ਹੈ ਸਾਰੇ ਬੈਠੇ ਹੈ। ਅਸੀਂ ਇਹਦਾ ਵਿਰੋਧ ਕਰਦੇ ਹਾਂ ਕਿ ਈ ਵੀ ਐੱਮ ਬੰਦ ਹੋਵੇ ਔਰ ਬੈਲਟ ਪੇਪਰ 'ਤੇ ਜਿਹੜੇ ਚੋਣ ਪੇਪਰ ਹੋਣੇ ਚਾਹੀਦੇ। ਪਾਰਸਨਾਥ ਪ੍ਰਜਾਪਤੀ, ਆਪਣਾ ਦਲ ਕੇ ਪ੍ਰਦੇਸ਼ ਅਧਿਆਕਸ਼ ਚੰਡੀਗੜ੍ਹ। ਹਮ ਸਰਵ ਪ੍ਰਥਮ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਜੀ ਔਰ ਭਾਰਤ ਕੋ ਸੰਵਿਧਾਨ ਦੇਣ ਵਾਲੇ ਬਾਬਾ ਭੀਮ ਰਾਓ ਅੰਬੇਦਕਰ ਜੀ ਤਥਾ ਆਪਣਾ ਦਲ ਕੇ ਸੰਸਥਾਪਕ ਮਾਨਨੀ ਡਾਕਟਰ ਸੋਨੇ ਲਾਲ ਪਟੇਲ ਜੀ ਕੇ ਚਰਨੋਂ ਮੈਂ ਸਸ਼ਤ ਨਮਨ ਕਰਤਾ ਹੂੰ। ਹਮਾਰੀ ਤਰਫ ਸੇ ਚੁਣਾਵ ਆਯੋਗ ਸੇ ਯੇ ਮੰਗ ਹੈ ਕਿ ਆਨੇ ਵਾਲੇ ਨਗਰ ਨਿਗਮ ਚੁਣਾਵ ਜੋ ਚੰਡੀਗੜ੍ਹ ਮੈਂ ਹੋਣਾ ਹੈ, ਉਸਮੇ ਬੈਲਟ ਪੇਪਰ ਦੁਆਰਾ ਹੀ ਚੁਣਾਵ ਹੋਣਾ ਚਾਹੀਏ ਔਰ ਉਨ ਬੈਲਟ ਪੇਪਰੋਂ ਕੋ ਕਿਸੀ ਸਟਰਾਂਗ ਰੂਮ ਮੈਂ ਨਾ ਰੱਖ ਕਰ ਬਲਕਿ ਹਰ ਵਾਰਡ ਮੈਂ ਵਹੀ ਪਰ ਬੈਲਟ ਬਾਕਸ ਕੋ ਇਕੱਠਾ ਕੀਆ ਜਾਏ ਔਰ ਤੁਰੰਤ ਹੀ ਵਹਾਂ ਕਾ ਰਿਜ਼ਲਟ ਆਊਟ ਕੀਆ ਜਾਏ ਤਾਂ ਕਿ ਤੁਰੰਤ ਵਹਾਂ ਕਾ ਪਾਣੀ ਦੂਧ ਕਾ ਦੂਧ ਅਲੱਗ ਹੋਣੇ ਕਾ ਕਾਮ ਹੋ ਸਕੇ। ईवीएम बगाओ, लोकतंत्र लाओ, ईवीएम बगाओ, लोकतंत्र लाओ। ताज़ा अपडेट्स के लिए अर्थप्रकाश टीवी को सब्सक्राइब करें और बेल आइकन को प्रेस करें।